ਨਮਸਕਾਰ ਕੇ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਸਰਦਾਰ ਹਰਦੇਵ ਸਿੰਘ ਜੀ ਸੋਢੀ ਸਾਹਿਬ ਨੇ ਆਪਣੇ ਵਿਚਾਰ ਰੱਖੇ ਨੇ। ਸਾਡੇ ਸਰਕਲ ਪ੍ਰਧਾਨ ਜਮਾਲਪੁਰ ਤੋਂ ਕੁਲਵੀਰ ਸਿੰਘ ਜੀ ਬਾਈਆ ਸਾਹਿਬ ਜੋ ਕਿ ਮੁੰਡੀਆਂ ਕਲਾਂ ਤੋਂ ਪਹੁੰਚੇ ਨੇ, ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂ ਕਿ ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ। ਹਾਂਜੀ, ਮੈਂ ਹੁਣ ਬੇਨਤੀ ਕਰਾਂ ਸਰਦਾਰ ਸੁਰਜੀਤ ਸਿੰਘ ਜੀ ਰਾਏ ਸਾਹਿਬ ਜਿਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਨਾਲ ਜਿੱਤ ਪ੍ਰਾਪਤ ਕਰਕੇ, ਔਰ ਮਾਨਯੋਗ ਸਰਦਾਰ ਸਿਮਰਨਜੀਤ ਸਿੰਘ ਜੀ ਢਿੱਲੋਂ ਸਾਹਿਬ ਨੇ ਕਿਉਂਕਿ ਦੱਬ ਕੇ ਵਿਕਾਸ ਕਾਰਜ ਕਰਵਾਏ ਸਨ, ਔਰ ਸਰਦਾਰ ਸੁਰਜੀਤ ਸਿੰਘ ਜੀ ਰਾਏ ਇੱਕ ਨੰਬਰ ਤੇ ਆਏ, ਉਹਨੂੰ ਬੇਨਤੀ ਕਰਾਂ ਆਪਣੇ ਵਿਚਾਰ ਸਾਂਝੇ ਕਰਨ। ਬਹੁਤ ਹੀ ਸਤਿਕਾਰਯੋਗ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਜੀ ਤੇ ਉਹਨਾਂ ਦੇ ਸਪੁੱਤਰ ਤੇ ਇਲਾਕੇ ਤੋਂ ਆਏ ਅਲੱਗ ਅਲੱਗ ਸਰਕਲ ਪ੍ਰਧਾਨ ਸਾਰੇ, ਚਾਹੇ ਉਹ ਦੁਕਾਨਦਾਰ ਨੇ, ਚਾਹੇ ਉਹ ਮਜ਼ਦੂਰ ਨੇ, ਚਾਹੇ ਉਹ ਆੜ੍ਹਤੀਏ ਨੇ, ਜਿਸ ਤਰ੍ਹਾਂ ਕਿਸਾਨ ਦੇ ਨਾਲ ਜਿੰਨੇ ਪਰਿਵਾਰ ਵੀ ਜੁੜੇ ਹਨ। ਕਿਸਾਨ ਇੱਕ ਅੰਨਦਾਤਾ ਹੈ ਜੋ ਸਾਰੀ ਦੁਨੀਆ ਨੂੰ ਪਾਲਦਾ ਹੈ, ਔਰ ਇਹਨਾਂ ਨੇ ਉਹ ਕਿਸਾਨਾਂ ਨਾਲ ਗਦਾਰੀ ਕਰਕੇ ਆਪਣਾ ਬਿੱਲ ਪਾਸ ਕੀਤਾ। ਸੋ ਉਹਦੇ ਵਿਰੁੱਧ ਦੇ ਵਿੱਚ ਜੋ ਅੱਜ ਆਪਾਂ ਇੱਥੇ ਧਰਨਾ ਲਗਾ ਰਹੇ ਹਾਂ, ਇਹ ਆਪਾਂ ਅੱਜ ਆਵਾਜ਼ ਮੋਦੀ ਸਾਹਿਬ ਦੇ ਕੰਨਾਂ ਤੱਕ ਪਹੁੰਚਾਉਣੀ ਹੈ ਕਿ ਕਾਨੂੰਨ ਵਾਪਸ ਲਿਆ ਜਾਵੇ। ਮੈਂ ਇਲਾਕੇ ਤੋਂ ਆਏ ਸਾਰੇ ਪਦਵੰਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ, ਔਰ ਢਿੱਲੋਂ ਸਾਹਿਬ ਨੂੰ ਸਿਮਰਜੀਤ ਸਿੰਘ ਢਿੱਲੋਂ ਜੀ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਤੁਸੀਂ ਤੁਹਾਡੇ ਹਲਕਾ ਸਾਹਮਣੇ ਵਾਲ ਤੁਹਾਡੇ ਨਾਲ ਆ, ਤੁਸੀਂ ਜਿੱਥੇ ਵੀ ਕਹੋਗੇ ਚਾਹੇ ਜਿੱਥੇ ਵੀ ਧਰਨਾ ਦੇਣਾ ਪਵੇ ਤੁਹਾਡੇ ਨਾਲ ਖੜੇ ਆ, ਤੁਹਾਡੇ ਨਾਲ ਹਮੇਸ਼ਾ ਨਾਲ ਚੱਲਾਂਗੇ। ਸੋ ਇਲਾਕੇ ਤੋਂ ਆਏ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸੁਰਜੀਤ ਸਿੰਘ ਜੀ ਰਾਏ ਸਾਹਿਬ ਤੇ ਗਗਨਦੀਪ ਸਿੰਘ ਜੀ ਢਿੱਲੋਂ ਆਪਣੇ ਸਾਰੇ ਸਾਥੀਆਂ ਸਮੇਤ ਪਹੁੰਚੇ। ਰਿੰਪਾ ਕੁਹਾੜਾ ਜੀ ਮਾਈਕ ਦੇਣ ਜਾ ਰਿਹਾ, ਮੇਰੇ ਸਤਿਕਾਰਯੋਗ ਵੀਰ ਸਰਦਾਰ ਅਜਮੇਰ ਸਿੰਘ ਜੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਨ।